ਵਸਦੀ ਕਿਉਂ ਨਹੀਂ ਉੱਡਦੀ ਕਦੇ ਉੱਡਦੀ ਕਿਉਂ ਕਿਸ ਤਰ੍ਹਾਂ ਗੋਰੇ ਜਿਹੜੇ ਨੇ ਅੱਜ ਸੂਰਜ ਦੇ ਹਿਸਾਬ ਦੇ ਨਾਲ ਐਜਾ ਪਾਰਕ ਇੰਜੋਏ ਕਰ ਰਹੇ ਨੇ ਔਰ ਇੰਜੋਏ ਕਰਨ ਦਾ ਇੱਕ ਜਿਹੜਾ ਨਵਾਂ ਅੰਦਾਜ਼ ਮੈਂ ਕਿ ਕਦੇ ਦਰਖਤ ਉੱਤੇ ਲੇਟ ਕੇ ਬੜੇ ਆਰਾਮ ਦੇ ਨਾਲ ਰਿਲੈਕਸ ਹੋ ਤੋਤਿਆਂ ਦੀਆਂ ਆਵਾਜ਼ਾਂ ਖੂਬਸੂਰਤ ਪ੍ਰੇਮੀਆਂ ਦੀਆਂ ਤੁਸੀਂ ਦੇਖੋ ਮੈਂ ਦੇਖੋ ਸਾਹਮਣੇ ਥੱਲੇ ਇੱਕ ਇਨਸਾਨ ਰਿਲੈਕਸ ਇੰਜੋਏ ਔਰ ਪੈਰਿਕ ਉੱਤੇ ਖੂਬਸੂਰਤ ਆਵਾਜ਼ ਦੇ ਨਾਲ ਜਿਹੜੇ ਤੋਤੇ ਇੰਜੋਏ ਕਰ ਰਹੇ ਨੇ ਔਰ ਥੱਲੇ ਐਸੇ ਪਾਸੇ ਗੱਲ ਇਨਸਾਨ ਇੰਜੋਏ ਕਰ ਰਹੇ ਨੇ ਦਰਖਤਾਂ ਨੂੰ ਬਿਰਾਮ ਬੈਠ ਕੇ ਲਓ ਜੀ ਦੋਸਤੋ ਅੱਜ ਦੀ ਜਿਹੜੀ ਸਾਡੀ ਸੈਰ ਇਸ ਪਾਰਕ ਦੀ ਰਿਚਮੈਂਡ ਪਾਰਕ ਦੀ ਆਹਿਸਤਾ ਆਹਿਸਤਾ ਆਪਣੇ ਇਖਤਤਾਮ ਵੱਲ ਚੱਲ ਰਹੀ ਹੈ ਇਹ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਹੋ ਨਾ ਇਹ ਸਾਈਡਾਂ 'ਤੇ ਪੋਲ ਲੱਗੇ ਨੇ ਬੜੇ ਵੱਡੇ ਵੱਡੇ ਗਲਬਨ ਦੇਖਣ 'ਚ ਨਹੀਂ ਲੱਗ ਰਿਹਾ ਰਗਬੀ ਜਿਹੜੀ ਰਗਬੀ ਗੇਮ ਹੈ ਬੜੀ ਮਸ਼ਹੂਰ ਉਹਦੇ ਵਾਸਤੇ ਇਹਨਾਂ ਨੇ ਗੌਰ ਗਰਾਊਂਡ ਬਣਾਈ ਹੈ ਔਰ ਜਿਹੜੇ ਲੋਕ ਜਾਣਦੇ ਨੇ ਕਿ ਰਗਬੀ ਦੇ ਕੀ ਕਾਨੂੰਨ ਨੇ ਕਿਸ ਤਰ੍ਹਾਂ ਗੇਮ ਹੁੰਦੀ ਹੈ ਅਤੇ ਸਾਰੇ ਮਨਾਜ਼ਰ ਜਿਹੜੇ ਨੇ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਇਸ ਸਾਈਡ 'ਤੇ ਅੱਲਾਹ ਤਾਲਾ ਨੇ ਜਿਹੜੀਆਂ ਆਵਾਜ਼ਾਂ ਖੂਬਸੂਰਤ ਰੱਖੀਆਂ ਪਰਿੰਦਿਆਂ ਦੀ ਸ਼ਕਲ 'ਚ ਉਹ ਤੁਸੀਂ ਇੰਜੋਏ ਕਰ ਰਹੇ ਹਾਂ ਲਓ ਜੀ ਇਹ ਦੇਖੋ ਜਿਹੜੇ ਪਾਸਿਓਂ ਅਸੀਂ ਐਂਟਰ ਹੋਏ ਸਨ ਉਸ ਤੋਂ ਦੂਸਰੇ ਸਾਈਡ ਤੋਂ ਅਸੀਂ ਹੁਣ ਨਿਕਲ ਕੇ ਵਾਪਸ ਅੱਜ ਦੀ ਸੈਰ ਬਹੁਤ ਜ਼ਬਰਦਸਤ ਰਹੀ ਹੈ ਰਿਚਮੈਂਡ ਪਾਰਕ ਅਸੀਂ ਤਕਰੀਬਨ ਕਾਫੀ ਜ਼ਿਆਦਾ ਏਰੀਆ ਜਿਹੜਾ ਕਵਰ ਕੀਤਾ ਦੇਖਿਆ ਔਰ ਸਾਨੂੰ ਜਗ੍ਹਾ ਜਗ੍ਹਾ 'ਤੇ ਉਹ ਪਰਿੰਦੇ ਵੀ ਨਜ਼ਰ ਆਏ ਜਿਹੜੇ ਤੁਹਾਨੂੰ ਸ਼ੁਰੂ ਦੇ ਵਿੱਚ ਜਿਹੜੀ ਤਸਵੀਰ ਦਿਖਾਈ ਸੀ ਔਰ ਵਿੱਚ ਝੀਲ ਔਰ ਜਿਉਂ ਜਿਉਂ ਵਕਤ ਅੱਗੇ ਚੱਲ ਰਿਹਾ ਲੋਕਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਇਹ ਮੌਸਮ ਅਜੇ ਸਰਦੀਆਂ ਦਾ ਹੈ ਜਿੱਥੇ 10 ਦਿਨ ਬਰਫ਼ ਮਾਈਨਸ ਟੈਂਪਰੇਚਰ ਸੀ ਅਤੇ ਅੱਜ ਲੋਕ ਕਿਵੇਂ ਤਾਦਾਦ ਦੇ ਨਾਲ ਨਿਕਲੇ ਨੇ ਅਤੇ ਜਦੋਂ ਗਰਮੀਆਂ ਹੁੰਦੀਆਂ ਹੋਣਗੀਆਂ ਫਿਰ ਤੁਸੀਂ ਆਪਣਾ ਖੁਦ ਅੰਦਾਜ਼ਾ ਲਗਾਓ ਇਹ ਦੇਖੋ ਪਰਿੰਦਿਆਂ ਨੂੰ ਵੀ ਸੂਰਜ ਜਾਂ ਧੁੱਪ ਦੀ ਜਿਹੜੀ ਲਾਈਟ ਹੈ ਕਿੰਨੀ ਖੂਬਸੂਰਤ ਲੱਗ ਰਹੀ ਹੈ ਲਓ ਜੀ ਤੁਹਾਨੂੰ ਇੱਥੇ ਦਾ ਤਾਂ ਵੀ ਵਿਖਾ ਦਈਏ ਦੇਖ ਲਓ ਇੰਨੀ ਨਜ਼ਦੀਕ ਅਸੀਂ ਉਹਦੇ ਲੇਕਿਨ ਉਹਨੂੰ ਕੋਈ ਡਰ ਨਹੀਂ ਲੱਗ ਰਿਹਾ ਆਪਣਾ ਉਹਨੇ ਜਿਹੜਾ ਮਕਸਦ ਹੈ ਉਹਨੇ ਹਾਸਿਲ ਕਰਕੇ ਰਹਿਣਾ ਗਿਆ ਲਓ ਜੀ ਇਸ ਪਾਰਕ ਦੇ ਉੱਤੇ ਜਿਹੜੇ ਮੁਖਤਲਿਫ ਤਰ੍ਹਾਂ ਦੇ ਗੇਟ ਨੇ ਜਿੱਥੋਂ ਬੰਦਾ ਇਸ ਪਾਰਕ 'ਚ ਦਾਖਲ ਹੋ ਸਕਦਾ ਅਗਰ ਉਹਨਾਂ ਨੂੰ ਪੜ੍ਹੋ ਇਜ਼ਾਬੇਲਾ ਪਲਾਂਟਸੀਓਨ ਐਂਡ ਕਿੰਗਸਟਨ ਗੇਟ ਇਹ ਇੱਕ ਨਾਮ ਜੇ ਫਿਰ ਰਿਚਮੈਂਡ ਗੇਟ ਫਿਰ ਸ਼ੀਨ ਗੇਟ ਫਿਰ ਰਿਹੈਂਪਟਨ ਗੇਟ ਇਹ ਮੁਖਤਲਿਫ ਗੇਟਾਂ ਦੇ ਨਾਮ ਉਹਨਾਂ ਨੇ ਇੱਥੇ ਲਾ ਦਿੱਤੇ ਨੇ ਲਿਖ ਕੇ ਤਾਂ ਕਿ ਇਹ ਉਹਨਾਂ ਦੇ ਨਾਲ ਇਸ਼ਾਰਾ ਵੀ ਕਰਤਾ ਕਿ ਇਹ ਗੇਟ ਫਲਾਣੇ ਪਾਸੇ ਜਾਓਗੇ ਤੁਹਾਨੂੰ ਮਿਲੇਗਾ ਇਹ ਇੱਕ ਗੇਟ